ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕਈ ਕੀਤੇ ਅਹਿਮ ਫੈਸਲੇ। ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਕਈ ਫੈਸਲਿਆਂ 'ਤੇ ਕੈਬਨਿਟ ਵੱਲੋਂ ਮੋਹਰ ਲਗਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦੁਬਾਰਾ ਸ਼ੁਰੂ ਹੋਵੇਗਾ ਅਤੇ ਇਹ 2,800 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਵਿੱਚ ਜੰਮੂ ਕਸ਼ਮੀਰ ਰਾਜ ਦੀ ਵੀ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਅਨੰਦਪੁਰ ਸਾਹਿਬ ਨੈਣਾ ਦੇਵੀ ਰੋਪਵੇ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਅਤੇ ਹਿਮਾਚਲ ਪ੍ਰਦੇਸ਼ ਮਿਲ ਕੇ ਪੂਰਾ ਕਰਨਗੇ। ਸਭ ਤੋਂ ਪਹਿਲਾਂ ਫੈਸਲਾ ਇਹ ਲਿਆ ਕਿ ਜਿਹੜਾ ਸ਼ਾਹਪੁਰ ਕੰਢੀ ਡੈਮ ਹੈ ਇਹਦੀ ਕੰਸਟਰਕਸ਼ਨ ਦੁਬਾਰਾ ਸ਼ੁਰੂ ਕੀਤੀ ਜਾਵੇ। ਇਹ ਜਿਹੜਾ ਅਗਲਾ ਫੇਸ ਹੈ ਔਰ ਇਹ ਤਕਰੀਬਨ 2,800 ਕਰੋੜ ਰੁਪਏ 'ਚ ਇਹ ਮੁਕੰਮਲ ਹੋਏਗਾ ਔਰ ਇਹਦੇ 'ਤੇ ਜਿਹੜਾ ਮਸਲਾ ਪਹਿਲਾਂ ਪੈਦਾ ਸੀ ਕਿ ਇਹਦੇ 'ਚ ਜੰਮੂ ਐਂਡ ਕਸ਼ਮੀਰ ਇਹਦਾ ਸ਼ੇਅਰ ਹੋਲਡਰ ਹੈ, ਉਹਨਾਂ ਨਾਲ ਦਸਤਖਤ ਨਹੀਂ ਹੋ ਰਹੇ ਸੀ, ਮੁਆਹਿਦਾ ਨਹੀਂ ਹੋਇਆ ਸੀ। ਮੁਆਹਿਦਾ ਜਿਹੜਾ ਹੈ ਉਹ ਪਿਛਲੇ ਮਹੀਨੇ ਪੂਰਾ ਹੋ ਗਿਆ। ਇਸ ਡੈਮ ਬਣਨ ਨਾਲ ਪੰਜਾਬ ਨੂੰ 90,000 ਏਕੜ ਏਰੀਆ ਜਿਹੜਾ ਉਹ ਆਪਾਸ਼ੀ ਥੱਲੇ ਆ ਜਾਏਗਾ ਔਰ ਹਰ ਸਾਲ 206 ਮੈਗਾਵਾਟ ਬਿਜਲੀ ਜਿਹੜੀ ਹੈ ਇਹ ਸ਼ਾਹਪੁਰ ਕੰਢੀ ਜਿਹੜਾ ਅਗਲਾ ਫੇਸ ਹੈ ਇਹਦੇ ਨਾਲ ਹੋਏਗੀ ਔਰ ਕੈਬਨਿਟ ਨੇ ਇਹਦੇ 'ਤੇ ਜਿਹੜਾ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਉਹ ਦੇ ਦਿੱਤੀ ਹੈ। ਦੂਸਰਾ ਫੈਸਲਾ ਲਿਆ ਗਿਆ ਕਿ ਅਨੰਦਪੁਰ ਸਾਹਿਬ ਨੈਣਾ ਦੇਵੀ ਦਾ ਇੱਕ ਰੋਪਵੇ ਪ੍ਰੋਜੈਕਟ ਹੈ ਜਿਹੜਾ ਕਿ ਗਵਰਨਮੈਂਟ ਆਫ ਹਿਮਾਚਲ ਅਤੇ ਪੰਜਾਬ ਗਵਰਨਮੈਂਟ ਇਹ ਰਲ ਕੇ ਕਰਨਗੇ ਅਤੇ ਇਹਦੀ ਮਨਜ਼ੂਰੀ ਦੇ ਦਿੱਤੀ ਹੈ। ਇਹਦੇ ਲਈ ਇੱਕ ਸਪੈਸ਼ਲ ਪਰਪਸ ਵਹੀਕਲ, ਇੱਕ ਸਪੈਸ਼ਲ ਕੰਪਨੀ ਬਣਾਵਾਂਗੇ ਔਰ PPP ਮੋਡ 'ਤੇ ਇਹ ਔਰ ਇਹ ਤਿਆਰ ਹੋਏਗਾ। ਔਰ ਇਸੇ ਤਰ੍ਹਾਂ ਹੀ 4 ਏਕੜ ਔਰ 1 ਕਨਾਲ ਜ਼ਮੀਨ ਜਿਹੜੀ ਕਿ ਪੰਜਾਬ ਹੈਲਥ ਡਿਪਾਰਟਮੈਂਟ ਦੀ ਸੀ ਉਹਨੂੰ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਜਿਹੜਾ ਬਠਿੰਡੇ ਬਣਨ ਜਾ ਰਿਹਾ ਉਹਨੂੰ ਦੇਣ ਦਾ ਕੈਬਨਿਟ ਤੋਂ ਮਨਜ਼ੂਰੀ ਮਿਲ ਗਈ ਹੈ। ਇਹ 175 ਏਕੜ ਜ਼ਮੀਨ ਜਿਹੜੀ ਪਹਿਲਾਂ ਗਵਰਨਮੈਂਟ ਆਫ ਪੰਜਾਬ ਨੇ ਏਮਜ਼ ਨੂੰ ਦਿੱਤੀ ਸੀ ਉਸ ਤੋਂ ਇਲਾਵਾ ਹੈ ਔਰ ਇਹਦੇ ਚਲੇ ਜਾਣ ਨਾਲ ਮੈਨੂੰ ਲੱਗਦਾ ਹੁਣ ਇਸ ਵੇਲੇ ਕੋਈ ਅਪਰੂਵਲ ਜਿਹੜੀ ਹੈ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਬਠਿੰਡਾ ਦੀ ਕੋਈ ਪੈਂਡਿੰਗ ਨਹੀਂ ਰਹਿ ਗਈ ਹੈ। ਜੋ ਆਉਣ ਵਾਲੀ ਸਾਉਣੀ ਦੀ ਫਸਲ ਹੈ ਉਹਦੀਆਂ ਤਿਆਰੀਆਂ ਕਿਸ ਕਿਸਮ ਦੀਆਂ ਹੋ ਰਹੀਆਂ, ਉਹਦੇ ਪਰਚੇਸ ਸੈਂਟਰ ਨੋਟੀਫਾਈ ਹੋ ਗਏ ਹੈ, ਬਾਰਦਾਨਾ ਜਿਹਨੂੰ ਕਹਿੰਦੇ ਗਨੀ ਬੈਗਸ ਉਹਦੇ ਇੰਤਜ਼ਾਮਾਤ ਕਿਸ ਕਿਸਮ ਦੇ ਹੈ, ਸਟੋਰੇਜ ਜਿਹੜੀ ਹੈ ਉਹ ਕਿਸ ਹਾਲ 'ਚ ਹੈ ਔਰ CCL ਲਿਮਿਟ ਦੀ ਕੀ ਪੋਜੀਸ਼ਨ ਹੈ, ਇਹ ਸਾਰਾ ਅੱਜ ਕੈਬਨਿਟ ਨੇ ਇਹਦਾ ਜਾਇਜ਼ਾ ਲਿਆ।